ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਿੱਖ ਸਾਮਰਾਜ ਦੇ ਰਾਜਾ ਸਨ। ਮਹਾਰਾਜਾ ਰਣਜੀਤ ਸਿੰਘ ਇੱਕ ਇਹੋ ਜਿਹੀ ਸ਼ਖਸੀਅਤ ਸਨ ਜਿਨ੍ਹਾਂ ਨੇ ਨਾ ਕੇਵਲ ਪੰਜਾਬ ਨੂੰ ਇੱਕ ਮਜ਼ਬੂਤ ਸੂਬੇ ਦੇ ਰੂਪ ਵਿੱਚ ਇੱਕਜੁੱਟ ਰੱਖਿਆ, ਬਲਕਿ ਆਪਣੇ ਜਿਉਂਦੇ ਜੀ ਅੰਗਰੇਜ਼ਾਂ ਨੂੰ ਆਪਣੇ ਸਾਮਰਾਜ ਦੇ ਨੇੜੇ ਵੀ ਨਹੀਂ ਫਟਕਣ ਦਿੱਤਾ। ਮਹਾਰਾਜਾ ਰਣਜੀਤ ਸਿੰਘ ਦਾ ਜਨਮ ਸੰਨ 1780 ਚ ਗੁਜਰਾਂਵਾਲਾ ਪਾਕਿਸਤਾਨ ਵਿਖੇ ਹੋਇਆ। ਉਹਨਾਂ ਦਿਨਾਂ ਚ ਪੰਜਾਬ ਤੇ ਸਿੱਖਾਂ ਅਤੇ ਅਫਗਾਨਾਂ ਦਾ ਰਾਜ ਚੱਲਦਾ ਸੀ, ਜਿਨ੍ਹਾਂ ਨੇ ਪੂਰੇ ਇਲਾਕੇ ਨੂੰ ਕਈ ਮਿਸਲਾਂ ਚ ਵੰਡਿਆ ਹੋਇਆ ਸੀ। ਛੋਟੀ ਉਮਰੇ ਚੇਚਕ ਕਾਰਨ ਮਹਾਰਾਜਾ ਰਣਜੀਤ ਸਿੰਘ ਦੀ ਇੱਕ ਅੱਖ ਦੀ ਰੋਸ਼ਨੀ ਜਾਂਦੀ ਰਹੀ। ਮਹਿਜ਼ 12 ਸਾਲ ਦੀ ਉਮਰ ਵਿੱਚ ਰਾਜਪਾਠ ਦਾ ਸਾਰਾ ਬੋਝ ਮਹਾਰਾਜਾ ਰਣਜੀਤ ਸਿੰਘ ਦੇ ਕੰਧਿਆਂ ਤੇ ਆ ਗਿਆ। 12 ਅਪ੍ਰੈਲ 1801 ਨੂੰ ਉਹਨਾਂ ਨੂੰ ਮਹਾਰਾਜਾ ਦੀ ਉਪਾਧੀ ਦਿੱਤੀ ਗਈ। ਗੁਰੂ ਨਾਨਕ ਜੀ ਦੇ ਇੱਕ ਵੰਸ਼ਜ ਨੇ ਉਹਨਾਂ ਦੀ ਤਾਜਪੋਸ਼ੀ ਸੰਪੰਨ ਕਰਾਈ। ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਨੂੰ ਆਪਣੀ ਰਾਜਧਾਨੀ ਬਣਾਇਆ ਅਤੇ ਸੰਨ 1802 ਵਿੱਚ ਅੰਮ੍ਰਿਤਸਰ ਵੱਲ ਰੁਖ ਕੀਤਾ। ਮਹਾਰਾਜਾ ਰਣਜੀਤ ਸਿੰਘ ਨੇ ਅਫਗਾਨਾਂ ਦੇ ਖਿਲਾਫ ਕਈ ਲੜਾਈਆਂ ਲੜੀਆਂ ਅਤੇ ਉਹਨਾਂ ਨੂੰ ਪੱਛਮੀ ਪੰਜਾਬ ਵੱਲ ਖਦੇੜ ਦਿੱਤਾ। ਪੇਸ਼ਾਵਰ ਸਮੇਤ ਪਸ਼ਤੂਨ ਇਲਾਕੇ ਤੇ ਵੀ ਉਹਨਾਂ ਦਾ ਕਬਜ਼ਾ ਹੋ ਗਿਆ। ਇਹ ਪਹਿਲਾ ਮੌਕਾ ਸੀ ਜਦ ਪਸ਼ਤੂਨਾਂ ਤੇ ਕਿਸੇ ਗੈਰ ਮੁਸਲਿਮ ਨੇ ਰਾਜ ਕੀਤਾ। ਉਸ ਤੋਂ ਬਾਅਦ ਉਹਨਾਂ ਨੇ ਪੇਸ਼ਾਵਰ, ਜੰਮੂ ਕਸ਼ਮੀਰ ਅਤੇ ਆਨੰਦਪੁਰ ਸਾਹਿਬ ਤੇ ਵੀ ਅਧਿਕਾਰ ਕਰ ਲਿਆ। ਪਹਿਲੀ ਆਧੁਨਿਕ ਭਾਰਤੀ ਸੈਨਾ ਸਿੱਖ ਖਾਲਸਾ ਸੈਨਾ ਗਠਿਤ ਕਰਨ ਦਾ ਸ਼੍ਰੇ ਵੀ ਮਹਾਰਾਜਾ ਰਣਜੀਤ ਸਿੰਘ ਨੂੰ ਜਾਂਦਾ ਹੈ। ਉਹਨਾਂ ਦੀ ਸਰਪ੍ਰਸਤੀ ਵਿੱਚ ਪੰਜਾਬ ਸ਼ਕਤੀਸ਼ਾਲੀ ਸੂਬਾ ਸੀ। ਐਸੇ ਤਾਕਤਵਰ ਸੈਨਾ ਸਿੱਖ ਖਾਲਸਾ ਸੈਨਾ ਨੇ ਲੰਬੇ ਅਰਸੇ ਤੱਕ ਬ੍ਰਿਟਿਸ਼ਰਸ ਨੂੰ ਪੰਜਾਬ ਹੜਪੜ ਤੋਂ ਰੋਕੇ ਰੱਖਿਆ। ਇੱਕ ਇਹੋ ਜਿਹਾ ਮੌਕਾ ਵੀ ਆਇਆ ਜਦ ਪੰਜਾਬ ਹੀ ਇਕੱਲਾ ਇਹੋ ਜਿਹਾ ਸੂਬਾ ਸੀ ਜਿਸ ਤੇ ਅੰਗਰੇਜ਼ਾਂ ਦਾ ਕਬਜ਼ਾ ਨਹੀਂ ਸੀ। ਮਹਾਰਾਜਾ ਰਣਜੀਤ ਸਿੰਘ ਖੁਦ ਅਨਪੜ੍ਹ ਸਨ, ਪਰ ਉਹਨਾਂ ਨੇ ਆਪਣੇ ਰਾਜ ਵਿੱਚ ਸਿੱਖਿਆ ਅਤੇ ਕਲਾ ਨੂੰ ਬਹੁਤ ਪ੍ਰੋਤਸਾਹਨ ਦਿੱਤਾ। ਉਹਨਾਂ ਨੇ ਪੰਜਾਬ ਵਿੱਚ ਕਾਨੂੰਨ ਅਤੇ ਵਿਵਸਥਾ ਕਾਇਮ ਕੀਤੀ ਅਤੇ ਕਦੇ ਵੀ ਕਿਸੇ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ। ਉਹਨਾਂ ਦਾ ਸੂਬਾ ਧਰਮ ਨਿਰਪੱਖ ਸੀ। ਉਹਨਾਂ ਨੇ ਹਿੰਦੂਆਂ ਅਤੇ ਸਿੱਖਾਂ ਤੋਂ ਵਸੂਲੇ ਜਾਣ ਵਾਲੇ ਜਜ਼ੀਆ ਤੇ ਵੀ ਰੋਕ ਲਗਾਈ ਅਤੇ ਕਿਸੇ ਨੂੰ ਕਦੇ ਵੀ ਸਿੱਖ ਧਰਮ ਅਪਣਾਉਣ ਲਈ ਵਿਵਸ਼ ਨਹੀਂ ਕੀਤਾ। ਉਹਨਾਂ ਨੇ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਗੁਰਦੁਆਰੇ ਵਿੱਚ ਸੰਗਮਰਮਰ ਲਗਵਾਇਆ ਅਤੇ ਸੋਨਾ ਮੜਵਾਇਆ। ਇਸ ਤੋਂ ਬਾਅਦ ਹੀ ਹਰਿਮੰਦਰ ਸਾਹਿਬ ਨੂੰ ਸਵਰਨ ਮੰਦਿਰ ਵੀ ਕਿਹਾ ਜਾਣ ਲੱਗਿਆ। ਬੇਸ਼ਕੀਮਤੀ ਹੀਰਾ ਕੋਹੇਨੂਰ ਮਹਾਰਾਜਾ ਰਣਜੀਤ ਸਿੰਘ ਦੇ ਖਜ਼ਾਨੇ ਦੀ ਰੌਣਕ ਸੀ। ਸੰਨ 1839 ਵਿੱਚ ਮਹਾਰਾਜਾ ਰਣਜੀਤ ਸਿੰਘ ਅਕਾਲ ਚਲਾਣਾ ਕਰ ਗਏ। ਉਹਨਾਂ ਦੀ ਮੌਤ ਦੇ ਨਾਲ ਹੀ ਅੰਗਰੇਜ਼ਾਂ ਦਾ ਪੰਜਾਬ ਤੇ ਸ਼ਿਕੰਜਾ ਕੱਸਣਾ ਸ਼ੁਰੂ ਹੋ ਗਿਆ। ਅੰਗਰੇਜ਼ ਸਿੱਖ ਯੁੱਧ ਤੋਂ ਬਾਅਦ 30 ਮਾਰਚ 1849 ਚ ਪੰਜਾਬ ਬ੍ਰਿਟਿਸ਼ ਸਾਮਰਾਜ ਦਾ ਅੰਗ ਬਣਾ ਲਿਆ ਗਿਆ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਖਜ਼ਾਨੇ ਦਾ ਹੀਰਾ ਕੋਹੇਨੂਰ ਮਹਾਰਾਣੀ ਵਿਕਟੋਰੀਆ ਦੇ ਹਜ਼ੂਰ ਵਿੱਚ ਪੇਸ਼ ਕਰ ਦਿੱਤਾ ਗਿਆ। ਮਹਾਰਾਜਾ ਰਣਜੀਤ ਸਿੰਘ ਦੀ ਯਾਦਗਾਰ ਲਾਹੌਰ ਵਿੱਚ ਬਣਵਾਈ ਗਈ ਜੋ ਅੱਜ ਵੀ ਉੱਥੇ ਕਾਇਮ ਹੈ। ਲਾਹੌਰ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ 180ਵੀਂ ਬਰਸੀ ਮੌਕੇ 27 ਜੂਨ 2019 ਨੂੰ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦਾ ਉਦਘਾਟਨ ਕੀਤਾ ਗਿਆ। ਮਹਾਰਾਜਾ ਰਣਜੀਤ ਸਿੰਘ ਦਾ ਆਦਮ ਕਦ ਬੁੱਤ ਲਾਹੌਰ ਕਿਲੇ ਦੀ ਸਿੱਖ ਗੈਲਰੀ ਦੇ ਅੱਗੇ ਸਥਾਪਿਤ ਕੀਤਾ ਗਿਆ।
ਸੋਸ਼ਲ ਮੀਡੀਆ ਤੇ ਪਈਆਂ ਉਹਨਾਂ ਦੇ ਬੁੱਤ ਦੀਆਂ ਤਸਵੀਰਾਂ 'ਚ ਮਹਾਰਾਜਾ ਰਣਜੀਤ ਸਿੰਘ ਨੂੰ ਆਪਣੇ ਪਸੰਦੀਦਾ ਅਰਬੀ ਘੋੜੇ ਦੀ ਸਵਾਰੀ ਕਰਦੇ ਹੋਏ ਵਿਖਾਇਆ ਗਿਆ ਹੈ। ਇਹ ਅਰਬੀ ਘੋੜਾ ਉਹਨਾਂ ਦੇ ਦੋਸਤ ਬਰਜ਼ਕੀ ਰਾਜਵੰਸ਼ ਦੇ ਸੰਸਥਾਪਕ ਮੁਹੰਮਦ ਖਾਨ ਨੇ ਤੋਹਫੇ ਵਜੋਂ ਦਿੱਤਾ ਸੀ। ਮਹਾਰਾਜਾ ਰਣਜੀਤ ਸਿੰਘ ਵਰਗੇ ਸੂਰਮੇ ਯੋਧੇ ਰਾਜੇ ਵਿਰਲੇ ਹੀ ਪੈਦਾ ਹੁੰਦੇ ਨੇ, ਪਰ ਸਿੱਖੀ ਤਾਂ ਸਦਾ ਸਾਡੇ ਨਾਲ ਹੈ। ਸਾਨੂੰ ਆਪਣੇ ਮਹਾਨ ਵਿਰਸੇ ਨੂੰ ਪਛਾਣ ਕੇ ਕੇਵਲ ਗੱਲਾਂ ਨਾਲ ਨਹੀਂ ਬਲਕਿ ਮਾਨਵਤਾ ਦੀ ਚੰਗੀ ਭਾਵਨਾ ਨਾਲ ਸਿੱਖੀ ਨੂੰ ਸੰਜੋ ਕੇ ਰੱਖਣ ਦਾ ਯਤਨ ਕਰਨਾ ਹੈ। ਅਜੋਕੇ ਸਮੇਂ 'ਚ ਸਿੱਖਾਂ ਨੂੰ ਆਪਣੀ ਹੋਂਦ ਲਈ ਲੜਨ ਦੀ ਕੋਈ ਲੋੜ ਨਹੀਂ। ਸਿੱਖੀ ਤੇ ਸਾਡੇ ਗੁਰੂ ਸਾਹਿਬਾਨਾਂ ਦੀ ਬਖਸ਼ਿਸ਼ ਹੈ, ਲੋੜ ਹੈ ਤਾਂ ਖੁਦ ਨੂੰ ਸੰਭਾਲਣ ਦੀ, ਸਿੱਧੇ ਰਾਹ ਤੇ ਇਮਾਨਦਾਰੀ ਨਾਲ ਆਪਣਾ ਜੀਵਨ ਜਿਉਣ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।